ਗੁਰਮਿੰਦਰ ਜੀ ਛੁੱਟੀਆਂ ਦਾ ਦੌਰ ਹੁੰਦਾ ਹੈ ਲੇਕਿਨ ਵਕੀਲ ਦੇਖਦੇ ਨਹੀਂ ਬਹੁਤ ਘੱਟ ਤੁਹਾਨੂੰ ਵੀ ਛੁੱਟੀਆਂ ਤੋਂ ਆਣਾ ਪਿਆ ਪਹਿਲੀ ਮੈਂ ਗੱਲ ਇਹ ਜਾਣਨੀ ਚਾਹਾਂਗਾ ਜਿਹੜੀ 206 ਪਟੀਸ਼ਨ ਸੀਗੀਆਂ ਰੋਕ ਲੱਗੀ ਹੈ ਉਸ ਤੇ ਸਰਕਾਰ ਦਾ ਕੀ ਰੁਖ ਹੈ ਕੀ ਕੋਈ ਸੁਪਰੀਮ ਕੋਰਟ ਜਾਣ ਦਾ ਵਿਚਾਰ ਹੈ ਕੀ ਗੱਲ ਅੱਗੇ ਵਧਦੀ ਹੈ ਇਸ ਤਰ੍ਹਾਂ ਹੈ ਕਿ ਜਿਹੜੇ ਪੰਚਾਇਤ ਇਲੈਕਸ਼ਨਸ ਨੇ ਇਹ ਸਭ ਤੋਂ ਗ੍ਰਾਸ ਰੂਟ ਲੈਵਲ ਦੇ ਉੱਤੇ ਇਲੈਕਸ਼ਨਸ ਜਿਹੜੇ ਨੇ ਉਹ ਡੈਮੋਕਰੇਟਿਕਲੀ ਹੁੰਦੇ ਨੇ ਤੇ ਕਨਸਟੀਟਿਊਸ਼ਨ ਦੇ ਵਿੱਚ ਵੀ ਇਹਨਾਂ ਇਲੈਕਸ਼ਨਾਂ ਨੂੰ ਲੈ ਕੇ ਚੈਪਟਰ 9 ਇੰਟਰੋਡਿਊਸ ਕੀਤਾ ਗਿਆ ਸੀ 2013 ਦੇ ਵਿੱਚ ਜਿਹਦੇ ਬਾਅਦ ਕੇ ਵੀ ਇਹ ਇਲੈਕਸ਼ਨ ਦੇ ਉਤੇ ਪਾਰਟिकुलर ਪ੍ਰੋਸੀਜਰ ਜਿਹੜਾ ਸੀ ਉਹ ਪ੍ਰਿਸਕ੍ਰਾਈਬ ਕਰ ਦਿੱਤਾ ਗਿਆ ਹੁਣ 5 ਸਾਲ ਦੀ ਟਰਮ ਖਤਮ ਹੋਣ ਤੋਂ ਬਾਅਦ ਪੰਚਾਇਤ ਦੀ ਨੋਟੀਫਿਕੇਸ਼ਨ ਹੋਈ ਹੈ ਜਿਦੇ ਵਿੱਚ ਕਿ ਨਾਮੀਨੇਸ਼ਨ ਦਾ ਪ੍ਰੋਸੈਸ ਉਸ ਤੋਂ ਬਾਅਦ ਸਕਰੂਟੀਨੀ ਦਾ ਪ੍ਰੋਸੈਸ ਵਿਡਰੋਅਲ ਦਾ ਪ੍ਰੋਸੈਸ ਇਹ ਸਾਰੇ ਪ੍ਰੋਸੈਸ ਹੋ ਚੁੱਕੇ ਹਨ ਇਸ ਸਟੇਜ ਤੇ ਆ ਕੇ ਕਈ ਪਟੀਸ਼ਨਾਂ ਕਾਫੀ ਤਾਦਾਦ ਦੇ ਵਿੱਚ ਹਾਈ ਕੋਰਟਸ ਫਾਈਲ ਹੋ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਕਿ ਜ਼ਿਆਦਾਤਰ ਜਿਹੜਾ ਕਾਰਨ ਹੈ ਪਟੀਸ਼ਨ ਫਾਈਲ ਕਰਨ ਦਾ ਉਹ ਗਲਤ ਨਾਮੀਨੇਸ਼ਨ ਪੇਪਰ ਰਿਜੈਕਟ ਕਰਨ ਦਾ ਇਹ ਗਲਤ ਨੋਮੀਨੇਸ਼ਨ ਪੇਪਰ ਐਕਸੈਪਟ ਕਰਨ ਦਾ ਹੈ। ਤੋਂ ਇਹਨਾਂ ਪਟੀਸ਼ਨਰ ਦੇ ਵਿੱਚ ਕੋਰਟ ਨੇ ਕਾਗਰੀਜੈਂਸ ਲਈ ਹੈ ਇੱਕ ਬੰਚ ਆਫ ਪਟੀਸ਼ਨ ਜਿਹੜਾ ਸੀ ਉਹਦੇ ਵਿੱਚ ਕੱਲ ਆਰਡਰ ਆਇਆ ਹੈ ਪਰਸੋਂ ਦੀ ਹੀアリング ਹੋਈ ਸੀ। ਜਿਹਦੇ ਵਿੱਚ ਕਿ ਕੋਰਟ ਨੇ ਕਿਹਾ ਹੈ ਕਿ ਵੀ ਜਿਹੜੇ ਪਟੀਸ਼ਨਰਸ ਨੇ ਉਹਨਾਂ ਦੇ ਮੁਤਲਕ ਉਹਨਾਂ ਪੰਚਾਇਤਾਂ ਦੇ ਵਿੱਚ ਜਿਹੜਾ ਪੋਲ ਪ੍ਰੋਸੈਸ ਹੈ ਉਹ ਸਟੇ ਕੀਤਾ ਜਾਂਦਾ ਹੈ ਇਨ ਦਾ ਮੀਨ ਵਾਈਲ ਤੇ ਅਗਲੀ ਤਰੀਕ ਉਹਦੀ ਪਾਈ ਹੈ 16 ਅਕਤੂਬਰ। ਉਸ ਤੋਂ ਬਾਅਦ ਕੱਲ ਕੁਝ ਪਟੀਸ਼ਨਾਂ ਮੈਂਸ਼ਨ ਹੋਈਆਂ ਸੌਆਂ ਦੀ ਤਾਦਾਦ ਦੇ ਵਿੱਚ ਅੱਜ ਵੀ ਕਾਫੀ ਪਟੀਸ਼ਨਾਂ ਮੈਂਸ਼ਨ ਹੋਈਆਂ ਤੇ ਕੱਲ ਵਾਲੀਆਂ ਅੱਜ ਤੇ ਲਗੀਆਂ ਜਿਦੇ ਵਿੱਚ ਕਿ ਕੋਰਟ ਨੇ ਇਹ ਕਹਿਆ ਹੈ ਕਿ ਵੀ ਹਰ ਕੇਸ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਪਿਕਿਉਲਰ ਫੈਕਟਸ ਦੇ ਉੱਤੇ ਕੇਸ ਹੈ ਕਿਸੇ ਕੇਸ ਦੇ ਵਿੱਚ ਕੋਈ ਕਾਗਜ਼ ਨਹੀਂ ਲੱਗਾ ਕਿਸੇ ਕੇਸ ਵਿੱਚ ਕੋਈ ਸਿਗਨੇਚਰ ਨਹੀਂ ਹੈਗੇ ਕਿਸੇ ਕੇਸ ਵਿੱਚ ਕੋਈ ਮਾਰ-ਤਾੜ ਦਾ ਐਲੀਗੇਸ਼ਨ ਹੈ ਕਿਸੇ ਕੇਸ ਵਿੱਚ ਲਾਗਤਬਾਜੀ ਦੀ ਐਲੀਗੇਸ਼ਨ ਹੈ ਇਨ੍ਹਾਂ ਕੇਸਾਂ ਦੇ ਵਿੱਚ ਕੋਈ ਵੀ ਜਨਰਲ ਆਰਡਰ ਪਾਸ ਨਹੀਂ ਕੀਤਾ ਜਾ ਸਕਦਾ ਤਾਂ ਉਹਨਾਂ ਨੇ ਇਹ ਸਾਰੀਆਂ ਪਟੀਸ਼ਨਾਂ ਰਲਾ ਕੇ ਮੰਡੇ 14 ਤਰੀਕ ਤੇ ਰੱਖ ਦਿੱਤੀਆਂ ਹਨ ਕਿਉਂਕਿ 15 ਤਰੀਕ ਦੀ ਪੋਲਿੰਗ ਹੈ ਤੇ 14 ਤਰੀਕ ਨੂੰ ਇਸ ਕੇਸ ਦੇ ਵਿੱਚ ਰਿਸਪਾਂਸ ਅਸੀਂ ਵੀ ਸੀਕ ਕਰਾਂਗੇ ਸਰਕਾਰ ਦਾ ਪਰਪਸ ਇਹ ਹੈ ਕਿ ਵੀ ਜਿੱਥੇ ਤੱਕ ਹੋ ਸਕੇ ਇਹ ਇਲੈਕਸ਼ਨਾਂ ਦੇ ਵਿੱਚ ਜਿਹੜਾ ਪਬਲਿਕ ਦਾ ਕੌਨਫੀਡੈਂਸ ਹੈ ਉਹ ਮੇਨਟੇਨ ਹੋਣਾ ਚਾਹੀਦਾ ਹੈ ਜੀ ਇੱਕ ਗੱਲ ਹੋ ਰਹੀ ਹੈ ਗੁਰਮੀਂਦਰ ਜੀ ਕਿ ਜਿਹੜਾ ਆਰਡਰ ਆਇਆ ਉਹਦੇ ਵਿੱਚ 16 ਡੇਟ ਹੈ ਕੀ ਉਹਨੂੰ ਤੁਸੀਂ ਭਾਈ ਕੋਈ ਐਪਲੀਕੇਸ਼ਨ ਪ੍ਰੀਪੋਨ ਕਰਨ ਦੀ ਹਾਂ ਅਸੀਂ ਇਹ ਚਾਹੁੰਦੇ ਸੀ ਕਿ ਵੀ ਜਿਹੜੇ ਕੇਸਾਂ ਦੇ ਵਿੱਚ ਸਟੇ ਹੋਈ ਹੈ ਉਹ ਕੇਸ ਵੀ ਜੇ ਇਹਨਾਂ ਕੇਸਾਂ ਦੇ ਨਾਲ 14 ਨੂੰ ਸੁਨੇ ਜਾਣ ਤੇ ਪਬਲਿਕ ਦੇ ਮਾਈਂਡ ਦੇ ਵਿੱਚ ਪੰਚਾਇਤ ਇਲੈਕਸ਼ਨਾਂ ਨੂੰ ਲੈ ਕੇ ਇੱਕ ਕਲੈਰਿਟੀ ਹੋ ਜਾਏਗੀ ਕਿਉਂਕਿ ਨਹੀਂ ਤਾਂ ਕੀ ਹੋਏਗਾ ਕਿ ਕੁਝ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਸਟੇ ਰਹੇਗੀ ਕੁਝ ਦੇ ਵਿੱਚ ਪੋਲਿੰਗ ਹੋਏਗੀ ਉਹਦੇ ਨਾਲ ਇੱਕ ਸਟਰੀਮਲਾਈਨਿੰਗ ਜਿਹੜੀ ਹੈ ਸਾਰੇ ਪ੍ਰੋਸੈਸ ਦੀ ਉਹ ਮੁਸ਼ਕਲ ਹੋ ਜਾਂਦੀ ਹੈ ਉਹਦਾ ਕਾਰਨ ਇੱਕ ਹੋਰ ਵੀ ਹੈ ਕਿ ਕਿਸੇ ਪਿੰਡ ਦੇ ਵਿੱਚ ਇੱਕ ਸਰਪੰਚ ਹੈ ਸੱਤ ਪੰਚ ਨੇ ਤੇ ਪੰਚ ਨੇ ਇੱਥੇ ਪਟੀਸ਼ਨ ਪਾਈ ਉਹ ਇਲੈਕਸ਼ਨ ਸਟੇ ਹੋ ਗਈ ਤੇ ਉਹਦੇ ਵਿੱਚ ਜਿਹੜਾ ਪੋਲਿੰਗ ਸਟਾਫ ਹੈ ਉਹ ਵੀ ਅੱਗੇ ਵਦਨ ਦੇ ਵਿੱਚ ਇਹਨਾ ਈਜ਼ੀ ਨਹੀਂ ਹੁੰਦਾ ਉਹਨਾਂ ਨੂੰ ਉਹਨਾਂ ਨੂੰ ਇੱਕ ਇਲੈਕਸ਼ਨ ਪੂਰੇ ਪਿੰਡ ਦੀ ਸਰਪੰਚ ਦੀ ਪੰਚਾਇਤ ਦੀ ਇਕੱਠੇ ਕਰਾਉਣੀ ਹੈ। ਤੋਂ ਇਸ ਕਰਕੇ ਅਸੀਂ ਉਹਦੇ ਵਿੱਚ ਇੱਕ ਪ੍ਰੀਪੋਨਮੈਂਟ ਦੀ ਐਪਲੀਕੇਸ਼ਨ ਲਗਾਈ ਹੈ ਜਿਹੜੀ ਕੋਰਟ ਨੇ ਇਜਾਜ਼ਤ ਦਿੱਤੀ ਹੈ ਕਿ ਉਹ ਵੀ ਮੰਡੇ ਨੂੰ ਲਿਸਟ ਕੀਤੀ ਜਾਏ ਕਿ ਵੀ ਉਹ 16 ਤੋਂ 14 ਤੱਕ ਕੇਸ ਪ੍ਰੀਪੋਨ ਕਰਕੇ ਇਕੱਠੇ ਸੁਣ ਲੈ ਜਾਣ। ਜਿਹੜਾ ਆਰਡਰ ਆਇਆ ਉਹਦੇ ਵਿੱਚ ਕਿਹਾ ਗਿਆ ਕਿ ਜਿਹੜੇ ਰਿਜੈਕਸ਼ਨ ਹੈ ਕਿਉਂਕਿ ਜ਼ਿਆਦਾਤਰ ਮਾਮਲੇ ਰਿਜੈਕਸ਼ਨ ਦੇ ਨੇ ਹਲ ਵਕ ਵਕ ਨੇ ਵੋਟਰ ਲਿਸਟ ਡਿਲੀਟ ਹੋਈ ਹੈ ਕਿਸੇ ਦੇ ਵਾਰਡ ਚੇਂਜ ਹੋ ਗਿਆ ਲੇਕਿਨ ਜ਼ਿਆਦਾ ਮਾਮਲੇ ਰਿਜੈਕਸ਼ਨ ਦੇ ਨੇ ਔਰ ਜਿਹੜਾ ਤੁਸੀਂ ਦੱਸਿਆ ਗਰਾਉਂਡ ਨੇ ਕੋਰਟ ਦੇ ਆਰਡਰ ਵਿੱਚ ਇੱਕ ਟਿੱਪਣੀ ਇਹ ਵੀ ਹੈ ਕਿ ਜਿਹੜੇ ਰਿਜੈਕਸ਼ਨ ਦੇ ਗਰਾਉਂਡ ਨੇ ਉਹ ਪੰਚਾਇਤੀ ਐਕਟ ਵਿੱਚ ਐਗਜ਼ਿਸਟ ਹੀ ਨਹੀਂ ਕਰਦੇ ਉਹ ਰੀਜ਼ਨ ਹੀ ਨਹੀਂ ਹੈਗੇ ਦੂਜੀ ਗੱਲ ਇਹ ਵੀ ਹੈ ਕਿ ਜਿੱਥੇ ਸਰਵਸੰਮਤੀ ਦੇ ਨਾਲ ਕਹ ਰਹੇ ਤੇ ਉੱਥੇ ਨੋਟ ਆਪਸ਼ਨ ਹੈ ਤੇ ਨੋਟਾ ਵੀ ਕੈਂਡੀਡੇਟ ਹੈ ਇਹ ਟਿੱਪਣੀਆਂ ਕੋਰਟ ਦੇ ਆਰਡਰ ਵਿੱਚ ਨੇ ਦੇਖੋ ਇਹਦੇ ਵਿੱਚ ਜਿਹੜੀ ਲ ਰਿਜੈਕਸ਼ਨ ਤੇ ਐਕਸੈਪਟੈਂਸ ਆਫ ਨੋਮੀਨੇਸ਼ਨ ਪੇਪਰ ਜਿਹੜਾ ਹੈ ਉਹ ਇੱਕ ਸਪੈਸੀਫਿਕ ਗਰਾਊਂਡ ਹੈ ਇਲੈਕਸ਼ਨ ਨੂੰ ਸੈਟ ਅਸਾਈਡ ਕਰਨ ਦੀ ਇਲੈਕਸ਼ਨ ਪਟੀਸ਼ਨ ਫਾਈਲ ਹੋਣ ਤੋਂ ਬਾਅਦ ਤੋ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਉਹ ਐਵਿਡੈਂਸ ਲੀਡ ਕਰਕੇ ਇਲੈਕਸ਼ਨ ਪਟੀਸ਼ਨ ਹੀ ਚੀ ਐਗਜ਼ਾਮਿਨ ਕੀਤੀਆਂ ਜਾ ਸਕਦੀਆਂ ਨੇ ਉਹਨਾਂ ਚੀਜ਼ਾਂ ਨੂੰ ਰਿਟ ਪਟੀਸ਼ਨ ਦੇ ਵਿੱਚ ਐਗਜ਼ਾਮਿਨ ਕਰਨਾ 226 ਦੇ ਥੱਲੇ ਕੋਰਟ ਦੇ ਲਈ ਇੰਨਾ ਮناسب ਨਹੀਂ ਹੈ ਕਿਉਂਕਿ ਸੁਪਰੀਮ ਕੋਰਟ ਇਹ ਕਹਿੰਦੀ ਹੈ ਕਿ ਜਦੋਂ ਕਨਸਟੀਟਿਊਸ਼ਨ ਅਮੈਂਡ ਕਰਕੇ ਇਹ ਡੈਕਲੇਰੇਸ਼ਨ ਦੇ ਦਿੱਤੀ ਗਈ ਤੇ ਉਸ ਤੋਂ ਬਾਅਦ ਜੱਜਮੈਂਟਸ ਵੀ ਆ ਗਈਆਂ ਕਿ ਇਲੈਕਸ਼ਨ ਦੇ ਮਾਮਲੇ ਦੇ ਵਿੱਚ ਭਾਵੇਂ ਉਹ ਪੰਚਾਇਤ ਦੀ ਹੋਵੇ ਭਾਵੇਂ ਮਿਊਨਿਸਪੈਲਿਟੀ ਦੀ ਹੋਵੇ ਕੋਰਟਾਂ ਇੰਟਰਫੇਅਰ ਨਹੀਂ ਕਰਨਗੀਆਂ ਇਲੈਕਸ਼ਨ ਟ੍ਰਾਈਬਿਊਨਲ ਕਨਸਟੀਟਿਊਟ ਕਰਕੇ ਉਹਨਾਂ ਦੇ ਥੱਲੇ ਹੀ ਇਹ ਡਿਸਪਿਊਟਸ ਜਿਹੜੀਆਂ ਨੇ ਉਹ ਐਡਜੂਡੀਕੇਟ ਕੀਤੀਆਂ ਜਾਣਗੀਆਂ ਜਿੱਥੇ ਤੱਕ ਨੋਟਾ ਦਾ ਸਵਾਲ ਹੈ ਉਹਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀਆਂ ਗਾਈਡਲਾਈਨਸ ਨੇ ਜਿੱਥੇ ਵੀ ਇੱਕ ਕੰਟੈਸਟਿਡ ਇਲੈਕਸ਼ਨ ਹੈ ਤੇ ਕੈਂਡੀਡੇਟਸ ਇਨ ਫ੍ਰੀ ਹੋਗੇ ਨੇ ਉਥੇ ਬੈਲਟ ਪੇਪਰ ਦੇ ਉੱਤੇ ਅਪਾਰਟ ਫਰਮ ਦੀ ਕੈਂਡੀਡੇਟਸ ਇਨ ਫ੍ਰੇ ਥੱਲੇ ਇੱਕ ਸੈਪਰੇਟ ਕਾਲਮ ਦੇ ਵਿੱਚ ਨੋਟਾ ਦਾ ਆਪਸ਼ਨ ਦੇਣਾ ਜ਼ਰੂਰੀ ਹੈ کورٹ ਨੇ ਇੱਕ ਕਲੈਰੀਫਿਕੇਸ਼ਨ ਵੀ ਸੀਕ ਕੀਤੀ ਤੇ ਉਹਦੇ ਵਿੱਚ ਆਰਡਰ ਦੇ ਵਿੱਚ ਵੀ ਉਹਨਾਂ ਨੇ ਨੋਟ ਕੀਤਾ ਕਿ ਜਿੱਥੇ ਅਨਪੋਸਟਡ ਇਲੈਕਸ਼ਨ ਹੈ ਉਥੇ ਨੋਟਾ ਦਾ ਆਪਸ਼ਨ ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਕਿਉਂਕਿ ਨੋਟਾ ਵੀ ਕੈਂਡੀਡੇਟ ਹੈ ਸਰਕਾਰ ਇਸ ਚੀਜ਼ ਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਦੇ ਤਹਿਤ ਜਦੋਂ ਐਗਜ਼ਾਮਿਨ ਕਰਦੀ ਹੈ ਤੇ ਸੈਕਸ਼ਨ 54 ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਐਕਟ ਹੈ ਉਹ ਇਹ ਕਹਿੰਦਾ ਕਿ ਜਦੋਂ ਕੈਂਡੀਡੇਟ ਇਕ ਹੋਏ ਤੇ ਸੀਟ ਇਕ ਹੋਏ ਆਫਟਰ ਵਿਡਰੋਅਲ ਐਂਡ ਸਕਰੂਟੀ ਉਹ ਕੈਂਡੀਡੇਟ ਨੂੰ ਤੁਸੀਂ ਫੋਰਥ ਵਿਦ ਇਲੈਕਟਡ ਡਿਕਲੇਅਰ ਕਰਨਾ ਹੈ ਉਹ ਕਾਨੂੰਨ ਨੂੰ ਫੋਲੋ ਕਰਕੇ ਹੀ ਇਹਨਾਂ ਕੈਂਡੀਡੇਟਸ ਨੂੰ ਡਿਕਲੇਅਰਡ ਇਲੈਕਟਡ ਕੀਤਾ ਗਿਆ ਹੈ ਤੇ ਉਹਨਾਂ ਦੇ ਉੱਤੇ ਨੋਟਾਂ ਦੀਆਂ ਗਾਈਡਲਾਈਨਸ ਜਿਹੜੀਆਂ ਨੇ ਉਹ ਲਾਗੂ ਨਹੀਂ ਹੁੰਦੀਆਂ ਕਿਆ ਵਿਚਾਰ ਹੈਗਾ ਸੁਪਰੀਮ ਕੋਰਟ ਆ ਕੇ ਜਾਣ ਦਾ 14 ਨੂੰ ਜੇ ਪ੍ਰੀਪਨ ਹੁੰਦਾ ਹੈ ਅੱਗੇ ਜਿਸ ਸਮੇਂ ਪਟੀਸ਼ਨਾਂ ਦਾ ਲਗਾਤਾਰ ਦੌਰ ਜਾਰੀ ਹੈ ਔਰ ਉਸ ਤਲਾਵਾ ਇੱਕ ਹੋਰ ਸਵਾਲ ਹੈ ਕਿ ਜਦੋਂ ਇਹ ਸ਼ਿਕਾਇਤਾਂ ਕਿਉਂਕਿ ਆਪਣੀ ਜਿਹੜੀ ਰੈਜ਼ੈਂਟਮੈਂਟ ਹੈ ਪਹਿਲਾਂ ਇਲੈਕਸ਼ਨ ਕਮਿਸ਼ਨ ਕੋਲ ਜਾਂਦੇ ਨੇ ਇੱਕ ਬਣਿਆ ਹੋਇਆ ਸੀਗਾ ਉੱਥੋਂ ਨਹੀਂ ਆਈਆਂ ਤਾਂ ਹੀ ਇੰਨੀ ਹਾਈ ਕੋਰਟ ਪਟੀਸ਼ਨ ਆ ਗਈਆਂ ਨੇ ਨਹੀਂ ਦੇਖੋ ਅੱਜ ਕੋਰਟ ਨੇ ਵੀ ਇਹ ਅਬਜ਼ਰਵ ਕੀਤਾ ਹੈ ਕਿ ਵੀ ਰਿਟ ਜਿਹੜੀ ਹੈ ਮੈਂਡੇਮਸ ਦੀ ਸੀਕ ਕਰਨ ਤੋਂ ਪਹਿਲਾਂ ਅਪਰੋਪਰੀਏਟ ਅਥਾਰਟੀ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਇੱਕ ਲਾਜ਼ਮੀ ਜ਼ਰੂਰੀ ਗੱਲ ਹੈ ਤੇ ਜ਼ਿਆਦਾਤਰ ਰਿਟਾਂ ਦੇ ਵਿੱਚ ਕਿਸੇ ਨੇ ਵੀ ਰੈਪ੍ਰেজentation ਮੂਵ ਨਹੀਂ ਕੀਤੀ ਸਿੱਧਾ ਹਾਈ ਕੋਰਟ ਦੇ ਵਿੱਚ ਰਿਟਾਂ ਆਈਆਂ ਹਨ ਔਰ ਇਹ ਰਿਟਾਂ ਇੰਨੀ ਲੇਟ ਸਟੇਜ ਤੇ ਆਈਆਂ ਹਨ ਜਿੱਥੇ ਕਿ 5 ਤਰੀਕ ਨੂੰ ਤੇ 7 ਤਰੀਕ ਨੂੰ ਸਾਰਾ ਨਾਮਿਨੇਸ਼ਨ ਵਿਧਰੋਲ ਸਕਰੂਟੀਨੀ ਦਾ ਪ੍ਰੋਸੈਸ ਖਤਮ ਹੋ ਚੁੱਕਾ ਹੈ ਤੇ 9 ਤਰੀਕ ਨੂੰ ਇਹ ਰਿਟਾਂ ਫਾਈਲ ਹੋ ਰਹੀਆਂ ਨੇ ਇਲੈਕਸ਼ਨ ਵਰਗੇ ਮੈਟਰ ਦੇ ਵਿੱਚ ਇਹ ਤੋਂ ਸਾਡਾ ਇਹ ਸੋਚਣਾ ਹੈ ਕਿ ਵੀ ਇਹ ਫੈਨ ਸੈਟਰਸ ਨੇ ਜਿਹੜੇ ਕਿ ਹੁਣ ਕੋਰਟ ਦਾ ਆਰਡਰ ਦੇਖ ਕੇ ਤੇ ਹੁਣ ਰਿਟਾਂ ਲੈ ਕੇ ਕੋਰਟ 'ਚ ਆ ਰਹੇ ਹਨ ਤਾਂ ਕਿ ਸਿਮਿਲਰ ਆਰਡਰ ਲਿਆ ਜਾ ਸਕੇ ਤੇ ਸਾਨੂੰ ਹਾਈ ਕੋਰਟ ਦੀ ਐਡਜੂਡੇਕੇਸ਼ਨ ਦੇ ਵਿੱਚ ਸਾਨੂੰ ਪੂਰਾ ਫੇਥ ਹੈ ਤੇ ਅਸੀਂ ਆਪਣਾ ਪੱਖ ਹਾਈ ਕੋਰਟ ਦੇ ਅੱਗੇ ਰੱਖਾਂਗੇ ਤੇ ਸਾਨੂੰ ਇਹ ਪੂਰਾ ਇੱਕ ਕਹਿ ਲੋ ਕਿ ਵੀ ਯਕੀਨ ਹੈ ਕਿ ਵੀ ਹਾਈ ਕੋਰਟ ਇਸ ਮਾਮਲੇ ਨੂੰ ਯਕੀਨੀ ਤੌਰ ਤੇ ਲੀਗਲ ਤੌਰ ਤੇ ਰਿਜ਼ੋਲਵ ਕਰੇਗੀ। ਕੀ ਚੋਣ ਟਾਲਣ ਦਾ ਕੋਈ ਵਿਚਾਰ ਹੀ ਆ ਜਿੱਦਾਂ ਤੁਹਾਡੇ ਨਾਲ ਸਲਾਹ ਵੀ ਹੋਈ ਹੋਣੀ ਹੈ ਬੀਗੇ ਏ ਜੀ ਕਿ ਅੱਗੇ ਜੇ ਸਾਨੂੰ ਰਡਿਟਾਂ ਲਗਾਤਾਰ ਆ ਰਹੀਆਂ ਨੇ ਪੂਰੇ ਪੰਜਾਬ 'ਚ ਕੀ ਚੋਣ ਅੱਗੇ ਟਾਲੇ ਜਾ ਸਕਦੇ ਸੀ ਇਹਦੇ ਵਿੱਚ ਕੋਈ ਵਿਚਾਰ ਵਿਮਰਸ਼ ਹੋਇਆ? ਨਹੀਂ ਨਹੀਂ ਦੇਖੋ 13200 ਤੋਂ ਉੱਪਰ ਪੰਚਾਇਤਾਂ ਨੇ ਉਦੇ ਵਿੱਚ ਇੱਕ ਸਰਪੰਚ ਹੈ ਘਟੋ ਘਟ 5 ਤੋਂ 7 ਪੰਚ ਹਨ ਲੱਖਾਂ ਦੀ ਤعداد ਦੇ ਵਿੱਚ ਸੀਟਾਂ ਹਨ ਤੇ ਲੱਖਾਂ ਦੀ ਤعداد ਦੇ ਵਿੱਚ ਕੈਂਡੀਡੇਟ ਹਾਲੀ ਵੀ ਫਰੇ ਦੇ ਵਿੱਚ ਹਨ ਤੇ ਇਹ ਕੋਈ ਛੋਟੀਆਂ ਮੋਟੀਆਂ ਪਟੀਸ਼ਨਾਂ ਨੰਬਰ ਜਿਹੜੀਆਂ ਆਈਆਂ ਨੇ ਇਹਨਾਂ ਦੇ ਨਾਲ ਪੂਰੇ ਇਲੈਕਸ਼ਨ ਪ੍ਰੋਸੈਸ ਦੇ ਉੱਤੇ ਕੋਈ ਫਰਕ ਨਹੀਂ ਪੈਂਦਾ ਤੇ ਸੁਪਰੀਮ ਕੋਰਟ ਜਾਣ ਦਾ ਕੋਈ ਅੱਗੇ ਹਾਲੀ ਸਾਡਾ ਕੋਈ ਇਹ ਜਿਹਾ ਵਿਚਾਰ ਨਹੀਂ ਹੈ